मर्सिडीज वाला अमृतपाल या फिर है कही है मर्सिडीज वाला पगोड़ा अमृतपाल। मर्सिडीज तो आ गया है रेड़ी दे उते, ओए होए चाचा भी फड़िया गया, साथी भी फड़े गए, पर इस नूं तां भज्जण दी पई है ते हुण भज रहा है रेड़ी दे उते। असीं नहीं कहिंदे, ਇਹ ਵਾਇਰਲ ਹੋ ਰਹੀ ਤਸਵੀਰ ਕਹਿ ਰਹੀ ਹੈ ਅੰਮ੍ਰਿਤਪਾਲ ਨੂੰ ਅਜਿਹਾ ਕੀ ਡਰ ਸਤਾ ਰਿਹਾ ਹੈ। ਉਸਦਾ ਚਾਚਾ ਤੱਕ ਪੁਲਿਸ ਨੇ ਫੜ ਲਿਆ। ਉਸਦੇ ਘਰ 'ਚ ਉਸਦੀ ਮਾਤਾ ਕੋਲੋਂ ਪੁੱਛਗਿੱਛ ਹੋ ਰਹੀ ਹੈ। ਉਸਦੇ ਸਾਥੀ ਗ੍ਰਿਫਤਾਰ ਕਰ ਲਿੱਤੇ ਗਏ। ਕਈਆਂ ਨੂੰ ਤਾਂ ਆਸਾਮ ਦੀਆਂ ਜੇਲ੍ਹਾਂ 'ਚ ਪਾ ਦਿੱਤਾ ਗਿਆ, ਪਰ ਫਿਰ ਵੀ ਅੰਮ੍ਰਿਤਪਾਲ ਦੇ ਕਦਮ ਨਹੀਂ ਰੁਕ ਰਹੇ। ਸਾਥੀ ਫੜੇ ਗਏ ਕੋਈ ਗੱਲ ਨਹੀਂ, ਚਾਚਾ ਫੜਿਆ ਗਿਆ ਕੋਈ ਗੱਲ ਨਹੀਂ, ਮੈਂ ਨਾ ਫੜਿਆ ਜਾਵਾਂ, ਡਰ ਸਤਾ ਰਿਹਾ ਏ ਅੰਮ੍ਰਿਤਪਾਲ ਨੂੰ। ਇਹੀ ਵਜ੍ਹਾ ਮਰਸਡੀਜ਼ ਦੇ ਝੂਟੇ ਲੈਣ ਵਾਲਾ ਅੰਮ੍ਰਿਤਪਾਲ ਹੁਣ ਰੇੜੀਆਂ 'ਤੇ ਆ ਗਿਆ ਏ। ਉਹਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਾਈਕ 'ਤੇ ਬੈਠਾ ਅੰਮ੍ਰਿਤਪਾਲ ਹੁਣ ਬਾਈਕ ਦੀ ਥਾਂ ਦੇ ਉੱਤੇ ਰੇੜੀ 'ਚ ਬੈਠਾ, ਯਾਨੀ ਕਿ ਬਾਈਕ ਨੂੰ ਰੇੜੀ 'ਤੇ ਲੱਦ ਲਿਆ ਅਤੇ ਨਾਲ ਆਪ ਬੈਠਾ ਏ ਅੰਮ੍ਰਿਤਪਾਲ। ਤੁਹਾਨੂੰ ਦੱਸ ਦਈਏ ਅੰਮ੍ਰਿਤਪਾਲ ਸਿੰਘ ਦੇ ਖਿਲਾਫ NSA ਲਾਈ ਗਈ ਹੈ, ਉਸਦੇ ਸਾਥੀਆਂ ਦੇ ਖਿਲਾਫ ਵੀ NSA ਲਾਈ ਗਈ ਹੈ, ਪਰ ਅੰਮ੍ਰਿਤਪਾਲ ਪੁਲਿਸ ਕੋਲੋਂ ਭੱਜਦਾ ਦਿਖਾਈ ਦੇ ਰਿਹਾ। ਹੁਣ ਨਵੀਂ ਤਸਵੀਰ ਸਾਹਮਣੇ ਆਈ ਹੈ। ਤੁਸੀਂ ਦੇਖੀ ਹੈ ਤਸਵੀਰ ਜਿਸ 'ਚ ਅੰਮ੍ਰਿਤਪਾਲ ਉਸੇ ਵੇਸ਼ 'ਚ ਵੀ ਦਿਖਾਈ ਦੇ ਰਿਹਾ ਜਿਸ ਵੇਸ਼ 'ਚ ਬਾਈਕ 'ਤੇ ਭੱਜਿਆ ਸੀ। ਉਹ ਬਾਈਕ ਵੀ ਹੁਣ ਇਸ ਰੇੜੀ ਦੇ ਉੱਤੇ ਲੱਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਉਸਨੂੰ ਇਸ ਗੱਲ ਦੀ ਜ਼ਰੂਰਤ ਕਿਉਂ ਪਈ, ਜਾਂ ਤਾਂ ਬਾਈਕ ਖਰਾਬ ਹੋ ਗਈ ਜਾਂ ਫਿਰ ਤੇਲ ਖਤਮ ਹੋ ਗਿਆ, ਪਰ ਕੁਛ ਨਾ ਕੁਛ ਤਾਂ ਹੋਇਆ। ਅਤੇ ਦੂਸਰੀ ਗੱਲ, ਪੁਲਿਸ ਦੀ ਵੀ ਕਾਬਲੇ ਤਾਰੀਫ ਹੈ ਕਿ ਪੁਲਿਸ ਜਗ੍ਹਾ ਜਗ੍ਹਾ CCTV ਖੰਗਾਲ ਰਹੀ ਹੈ। ਜਿਹੜੀ ਜਿਹੜੀ ਰਾਹ 'ਤੇ ਅੰਮ੍ਰਿਤਪਾਲ ਲੰਘ ਰਿਹਾ ਹੈ ਉਸ ਰਾਹ 'ਤੇ ਪਹੁੰਚ ਰਹੀ ਹੈ ਪੁਲਿਸ। ਪੁਲਿਸ ਦਿਖਾ ਰਹੀ ਹੈ ਨਾਲ ਦੀ ਨਾਲ ਉਹ ਸਬੂਤ ਜਿਸ ਦੇ ਨਾਲ ਉਹਨਾਂ ਦੀਆਂ ਬੋਸੀਆਂ ਬੰਦ ਹੋ ਰਹੀਆਂ ਨੇ, ਜੋ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਉਸਦੀ ਗ੍ਰਿਫਤਾਰੀ ਨਹੀਂ ਦਿਖਾਈ। ਪਰ ਦੂਸਰੇ ਪਾਸੇ ਅੰਮ੍ਰਿਤਪਾਲ ਦੀਆਂ ਉਹ ਤਸਵੀਰਾਂ ਸਾਹਮਣੇ ਆ ਗਈਆਂ ਨੇ ਜਿਸ ਦੇ ਵਿੱਚ ਉਹ ਪਹਿਲਾਂ ਤਾਂ ਆਪਣਾ ਬਾਣਾ ਲਾ ਕੇ ਰੇੜੀ ਦੇ ਨਾਲ ਨਾਲ ਬਾਈਕ ਦੇ ਉੱਤੇ ਭੱਜਦਾ ਦਿਖਾਈ ਦਿੱਤਾ ਅਤੇ ਹੁਣ ਰੇੜੀ ਦੇ ਉੱਤੇ ਭੱਜਦਾ ਦਿਖਾਈ ਦਿੱਤਾ। ਯਾਨੀ ਕਿ ਅੰਮ੍ਰਿਤਪਾਲ ਨੇ ਤੈਅ ਕਰ ਲਿਆ ਕਿਉਂ ਨਹੀਂ ਫੜਿਆ ਜਾਏਗਾ। ਦੋਸਤ ਫੜੇ ਗਏ ਕੋਈ ਗੱਲ ਨਹੀਂ, ਚਾਚਾ ਫੜਿਆ ਗਿਆ ਕੋਈ ਗੱਲ ਨਹੀਂ, ਪਰਿਵਾਰ ਨਾਲ ਪੁੱਛਗਿੱਛ ਹੋ ਰਹੀ ਹੈ ਕੋਈ ਗੱਲ ਨਹੀਂ, ਮਾਂ ਨਾਲ ਪੁੱਛਗਿੱਛ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਪਰ ਅੰਮ੍ਰਿਤਪਾਲ ਹਜੇ ਵੀ ਪੁਲਿਸ ਤੋਂ ਬਚਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ, ਇੱਥੋਂ ਤੱਕ ਕਿ ਰੇੜੀ 'ਤੇ ਬਹਿ ਗਿਆ ਮਰਸਡੀਜ਼ ਅਤੇ ਹੋਰ ਲਗਜ਼ਰੀ ਗੱਡੀਆਂ 'ਚ ਘੁੰਮਣ ਵਾਲਾ ਅੰਮ੍ਰਿਤਪਾਲ। ਬਿਊਰੋ ਰਿਪੋਰਟ, ਦੈਨਿਕ ਮੇਲ, ਪੰਜਾਬੀ TV।